ਬਟਾਲਾ ਵਿੱਚ ਘਰ 'ਚ ਹੋਈ ਚੋਰੀ, 1 ਲੱਖ ਨਕਦੀ ਅਤੇ 5 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਚੋਰ ਹੋਏ ਫਰਾਰ। ਇਸ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ, ਬਟਾਲਾ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਅਤੇ ਇਸ ਦੇ ਚੱਲਦੇ ਬੀਤੀ ਰਾਤ ਸ਼ਹਿਰ ਦੇ ਅੰਦਰੂਨੀ ਮੁਹੱਲੇ 'ਚ ਇੱਕ ਚੋਰੀ ਦੀ ਵਾਰਦਾਤ ਹੋਈ ਹੈ। ਉੱਥੇ ਮਕਾਨ ਮਾਲਕਨ ਸ਼ਰਨਜੀਤ ਕੌਰ ਦਾ ਕਹਿਣਾ ਹੈ ਕਿ ਚੋਰ ਉਹਨਾਂ ਦੇ ਘਰ ਪਹਿਲੀ ਮੰਜ਼ਿਲ ਤੋਂ ਖਿੜਕੀ ਤੋੜ ਕੇ ਦਾਖਲ ਹੋਏ ਅਤੇ ਉੱਥੇ ਹੀ ਉਹ ਅਤੇ ਉਸਦਾ ਬੇਟਾ ਸੋ ਰਿਹਾ ਸੀ। ਉਹਨਾਂ ਨੂੰ ਰਾਤ ਕੁਝ ਨਹੀਂ ਪਤਾ ਲੱਗਿਆ ਅਤੇ ਸਵੇਰੇ ਵੀ ਨੀਂਦ ਨਹੀਂ ਸੀ ਖੁੱਲ ਰਹੀ ਅਤੇ ਜਦ ਉਹ ਉੱਠੇ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ, ਅਲਮਾਰੀ ਦੇ ਤਾਲੇ ਵੀ ਤੋੜੇ ਸਨ ਅਤੇ ਜੋ ਉਸਦੇ ਕਰੀਬ 1 ਲੱਖ ਰੁਪਏ ਦੀ ਨਕਦੀ ਅਤੇ ਅਲਮਾਰੀ ਦੇ ਲੋਕਰ 'ਚੋਂ ਰੱਖੇ ਸੋਨੇ ਦੇ ਗਹਿਣੇ ਸਨ, ਉਹ ਚੋਰ ਲੈ ਕੇ ਫਰਾਰ ਹੋ ਗਏ ਸਨ ਅਤੇ ਉਹਨਾਂ ਦੱਸਿਆ ਕਿ ਇਵੇਂ ਜਾਪ ਰਿਹਾ ਹੈ ਚੋਰਾਂ ਨੇ ਜਿਵੇਂ ਉਹਨਾਂ ਨੂੰ ਸੋ ਰਹੇ ਨੂੰ ਬੇਹੋਸ਼ ਕਰ ਦਿੱਤਾ ਹੋਵੇ। ਉੱਥੇ ਹੀ ਇਸ ਮਾਮਲੇ ਵਿੱਚ ਪੁਲਿਸ ਥਾਣਾ ਸਿਟੀ 'ਤੇ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਵੱਲੋਂ ਪੁਲਿਸ ਥਾਣਾ 'ਚ ਚੋਰੀ ਦੀ ਵਾਰਦਾਤ ਦੀ ਸੂਚਨਾ ਦਿੱਤੀ ਗਈ ਸੀ ਅਤੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਆਓ ਸੁਣਦੇ ਇਸ ਬਾਰੇ ਕੀ ਕਹਿਣਾ ਹੈ ਮਕਾਨ ਮਾਲਕ ਅਤੇ ਸੁਰਜੀਤ ਸਿੰਘ ਪੁਲਿਸ ਜਾਂਚ ਅਧਿਕਾਰੀ ਦਾ। ਬਟਾਲਾ ਤੋਂ ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ, AMI ਨਿਊਜ਼ ਪੰਜਾਬ। ਹਾਂਜੀ, ਸ਼ਰਨਜੀਤ, ਠਠਿਆਰੀ ਗੇਟ। ਸਰ ਅਸੀਂ ਰਾਤ ਸੁੱਤੇ ਸੀ, ਸਾਨੂੰ ਕੁਛ ਨਹੀਂ ਪਤਾ। ਸਾਡੇ ਮੈਂ ਉੱਪਰ ਬੁਟੀਕ ਦਾ ਕੰਮ ਕਰਦੀ ਹਾਂ ਅਤੇ ਉੱਪਰ ਖਿੜਕੀ ਆ, ਖਿੜਕੀ 'ਤੇ ਜਾਲੀ ਲੱਗੀ, ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ। ਇੱਥੇ ਮੇਰਾ ਬੇਟਾ ਸੁੱਤਾ ਹੈ, ਬੇਟੇ ਨੂੰ ਵੀ ਕੁਛ ਪਤਾ ਨਹੀਂ ਉਹਨੂੰ ਕੁਛ ਸੰਘਾਤ ਹੈ ਜੇ ਕੀ ਕੀਤਾ। ਜਦੋਂ ਮੈਂ ਸਵੇਰੇ ਉੱਠ ਕੇ ਰੂਮ 'ਚ ਆਈ, ਅਲਮਾਰੀ ਖੁੱਲ੍ਹੀ ਪਈ, ਸਮਾਨ ਸਾਰਾ ਖਿਲਰਿਆ ਪਿਆ। ਮੈਂ ਰੋਣ ਲੱਗ ਗਈ ਕਿ ਇੱਕਦਮ ਕੀ ਹੋਇਆ, ਅੰਸ਼ ਤੂੰ ਕੁਛ ਕੀਤਾ? ਕਹਿੰਦਾ ਮੰਮਾ ਮੈਨੂੰ ਤਾਂ ਕੁਛ ਪਤਾ ਹੀ ਨਹੀਂ, ਉਹਨੂੰ ਕੁਛ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖੁਰਾਕ ਹੋਇਆ ਜਾਂ ਸਮਾਨ ਡਿੱਗਿਆ। ਜੋ ਮੇਰਾ ਕੈਸ਼ ਕੁਸ਼ ਸੀ, ਜੋ ਵੀ ਮੇਰਾ ਗਹਿਣਾ ਗੱਟਾ ਸੀ, ਸਾਰਾ ਕੁਛ ਹੀ ਲੈ ਗਏ, ਕੋਈ ਚੀਜ਼ ਨਹੀਂ ਛੱਡ ਕੇ ਗਏ ਘਰ 'ਚ। ਬਸ ਇਹੀ ਮੇਰਾ ਕੈਸ਼ 1 ਲੱਖ ਦੇ ਲਾਗੇ ਚਾਗੇ ਹੋਊਗਾ ਅਤੇ ਬਾਕੀ ਗਹਿਣਾ ਗੱਟਾ 4-4.5 ਲੱਖ ਦੇ ਲਾਗੇ ਚਾਗੇ ਸੀ। ਮੈਂ ਬੁਟੀਕ ਦਾ ਕੰਮ ਕਰਦੀ, ਮੇਰਾ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ਼ ਆ, ਉਹ ਵੀ ਫੋਲਿਆ, ਉਹਦੇ ਵਿੱਚ ਵੀ ਥੋੜ੍ਹਾ ਬਹੁਤਾ ਕੈਸ਼ ਸੀ ਅਤੇ ਜਿਹੜੇ ਉਹ ਕਮਰੇ 'ਚ ਜਾਲੀ ਲੱਗੀ ਸੀ ਅਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਅਤੇ ਮੁੜ ਕੇ ਦਰਵਾਜ਼ੇ ਰਾਹੀਂ ਗਏ ਆ, ਕੋਈ ਉੱਥੇ ਬਾਲਕੋਨੀ 'ਚ ਦਰਵਾਜ਼ਾ ਦਰਵਾਜ਼ਾ ਖੋਲ੍ਹ ਕੇ ਬਾਹਰ ਗਏ। ਮੈਂ ਸਵੇਰੇ 8 ਵਜੇ ਉੱਠੀ ਸੀ, ਮੈਨੂੰ ਸਵੇਰੇ ਜਾਗ ਹੀ ਨਹੀਂ ਆਈ। 8 ਵਜੇ ਜਾਗ ਆਈ, ਮੈਂ ਉੱਠ ਕੇ ਅੰਦਰ ਆਈ ਹਾਂ, ਮੂੰਹ ਹੱਥ ਧੋ ਕੇ ਮੈਂ ਬੇਟੇ ਨੂੰ ਵੇਖਿਆ ਅਤੇ ਮੈਂ ਅਲਮਾਰੀ ਵੱਲ ਧਿਆਨ ਦਿੱਤਾ ਅਤੇ ਅਲਮਾਰੀ ਖੁੱਲ੍ਹੀ ਪਈ ਸੀਗੀ, ਕੋਈ ਖੜਾਕ ਖੜੂਕ ਨਹੀਂ ਆਇਆ। ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ, ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਘਾਤ ਆਈ ਜਾਂ ਕੀ ਗੱਲਬਾਤ ਸੀ, ਕੁਛ ਨਹੀਂ ਪਤਾ ਸਾਨੂੰ। ਨਹੀਂ ਤਾਂ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਂਦੀ ਹੁੰਦੀ ਵੀ ਕੋਈ ਖੜਾਕ ਹੋਣ ਡਿਆ। ਕੋਈ ਬਾਹਰੋਂ ਤਾਂ ਨਹੀਂ ਆ ਸਕਦਾ, ਗਲੀ ਮਹੱਲੇ ਦਾ ਵੀ ਕੋਈ ਹੈਗਾ ਵਾ, ਹੋ ਸਕਦਾ, ਪਰ ਹਾਂਜੀ ਕਰਾਤੀ ਹੈ। ਅਸੀਂ ਮੁੱਕਦੇ ਆਏ ਹਾਂ, ਹਾਂਜੀ, ਰਣਜੀਤ ਸਿੰਘ ਦੇ ਘਰ ਕੱਲ੍ਹ ਕੱਲ੍ਹ ਚੋਰੀ ਹੋਈ ਆ, ਹਾਂਜੀ, ਅਤੇ ਜਿੱਥੇ ਚੋਰੀ ਹੋਣ ਦਾ ਦੱਸ ਰਹੇ ਆ ਵੀ ਜਿੱਥੇ ਚੋਰੀ ਹੋਈ ਆ ਅਲਮਾਰੀ 'ਚੋਂ, ਉਹ ਅਲਮਾਰੀ ਦੇ ਲਾਗੇ ਬੈੱਡ 'ਤੇ ਮੁੰਡਾ ਸੁੱਤਾ, ਮੁੰਡਾ ਹਰਵਿੰਦਰ ਸਿੰਘ, ਬਾਹਰੋਂ ਇੰਟਰਗ੍ਰਾਫ ਨਹੀਂ ਲਿਖ ਰਿਹਾ, ਜੇ ਫਿਰ ਵੀ ਆ ਰਹੀ ਤਫਤੀਸ਼ ਕਰ ਰਹੇ ਆ, ਫਿੰਗਰ ਪ੍ਰਿੰਟ ਬੁਲਾ ਰਹੇ ਆ, ਜੋ ਵੀ ਤੱਕ ਸਾਹਮਣੇ ਹੁੰਦੇ ਆ ਲੁੜਦੀ ਕਰ ਦਿੱਤੀ ਜਾ ਰਹੀ। ਚੋਰੀ ਇਹ ਕਹਿ ਰਹੇ ਆ ਵੀ ਸਾਡਾ 1 ਲੱਖ ਰੁਪਈਆ ਕੋਈ ਸੋਨੇ ਦੇ ਗਹਿਣੇ ਲੱਖ 'ਚੋਂ ਚੋਰੀ ਕਰਕੇ ਲੈ ਗਏ, ਬਾਕੀ ਤਫਤੀਸ਼ ਦੌਰਾਨ ਜੋ ਵੀ ਸਾਹਮਣੇ ਆਉਂਦਾ ਕਾਰਵਾਈ ਕੀਤੀ ਜਾ ਰਹੀ। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स।
सबसे सस्ता सबसे अच्छा डिफेंस रोड ममून पठानकोट कॉन्टैक्ट 9614196141